ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜਲੰਧਰ ਦੇ ਵਿੱਚ ਖੁੱਲਿਆ ਅਜੀਹਾ ਕੈਫੇ ਜਿਹੜਾ ਮੋਬਾਈਲ ਫੋਨ ਇਸਤੇਮਾਲ ਨਾ ਕਰਨ ਤੇ ਦਿੰਦਾ ਹੈ 10% ਸਪੈਸ਼ਲ ਡਿਸਕਾਊਂਟ ਜਲੰਧਰ ਸ਼ਹਿਰ ਦੇ ਵਿੱਚ ਹਾਈਟਸ ਦੇ ਨੇੜੇ ਇੱਕ ਮੰਕੀ ਮਾਈਂਡ ਕੈਫੇ ਖੁੱਲ ਗਿਆ ਹੈ ਕੈਫੇ ਚ ਭੁੱਖ ਨੂੰ ਸ਼ਾਂਤ ਕਰਨ ਦੇ ਲਈ ਆਟਾ ਡੰਪਲਿੰਗਸ ਵਰਗੇ ਕਈ ਤਰ੍ਹਾਂ ਦੇ ਖਾਣੇ ਨੇ ਜੋ ਘਰ ਦੇ ਤਿਆਰ ਕੀਤੇ ਮਸਾਲਿਆਂ ਨਾਲ ਬਣਾਏ ਜਾਂਦੇ ਨੇ ਇਸ ਤੋਂ ਇਲਾਵਾ ਸਿਹਤਮੰਦ ਖਾਣਾ ਸਲਾਡ ਸੈਂਡਵਿਚ ਆਦਿ ਵੀ ਮਿਲਦੇ ਨੇ ਪਿਆਸ ਨੂੰ बुझाने ਦੇ ਲਈ ਗਰਮ ਅਤੇ ਠੰਡੇ ਦੋਵੇਂ ਤਰ੍ਹਾਂ ਦੇ ਡਰਿੰਕਸ ਨੇ ਇਸ ਤਰ੍ਹਾਂ ਕਾਫੀ ਅਤੇ ਤਾਜ਼ਾ ਜੂਸ ਵੀ ਮਿਲਦਾ ਹੈ ਪਰ ਇਸ ਦੇ ਨਾਲ ਇੱਕ ਖੇਚ ਦਾ ਕੇਂਦਰ ਇਹ ਵੀ ਬਣ ਰਿਹਾ ਹੈ ਕਿ ਜਿਹੜਾ ਇਸ ਕੈਫੇ ਦੇ ਵਿੱਚ ਆ ਕੇ ਆਪਣਾ ਮੋਬਾਈਲ ਯੂਜ਼ ਨਾ ਕਰੇਗਾ ਉਸ ਨੂੰ 10% ਦਾ ਸਪੈਸ਼ਲ ਡਿਸਕਾਊਂਟ ਦਿੱਤਾ ਜਾਵੇਗਾ ਫਲੋਰ ਦੇ ਵਿੱਚ ਪੁਜਾਰੀ ਦਾ ਕਤਲ ਕਰਵਾਉਣ ਵਾਲੇ ਖਾਲਸਤਾਨੇ ਮੁਲਜ਼ਮ ਤੇ ਐਨ ਆਈਏ ਨੇ ਰੱਖਿਆ 10 ਲੱਖ ਰੁਪਏ ਦਾ ਇਨਾਮ ਆਦੀਨਪਿੰਦੇ ਫਲੋਰ ਸਬ ਡਿਵੀਜ਼ਨ ਦੇ ਪਿੰਡ ਭਾਰ ਸਿੰਘ ਪੂਰਾ ਵਿਚ ਸ਼ਿਵ ਮੰਦਿਰ ਦੇ ਪੁਜਾਰੀ ਦਾ ਕਤਲ ਕਰਨ ਵਾਲੇ ਖਾਲਸਤਾਨੀ ਹਰਦੀਪ ਨਿੱਜਰ ਨੂੰ ਇਨਾਮੀ ਅਪਰਾਧੀ ਐਲਾਨਿਆ ਗਿਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਨਿੱਜਰ ਨੂੰ ਫੜਨ ਵਾਲੇ ਵਿਅਕਤੀ ਲਈ 10 ਲੱਖ ਰੁਪਏ ਦਾ ਐਲਾਨ ਕੀਤਾ ਹੈ ਖਾਲਸਤਾਨ ਟਾਈਗਰ ਫੋਰਸ ਦਾ ਮੁਖੀ ਹਰਦੀਪ ਸਿੰਘ ਨਿੱਜਰ ਮੂਲ ਰੂਪ ਦੇ ਵਿੱਚ ਭਾਰ ਸਿੰਘਪੁਰਾ ਰਹਿਣ ਵਾਲਾ ਤੇ ਉਹ ਕੈਨੇਡਾ ਦੇ ਵਿੱਚ ਰਹਿ ਕੇ ਖਾਲਸਤਾਨੀ ਗਤੀਵਿਧੀਆਂ ਕਰ ਰਿਹਾ ਹੈ ਉਸਨੇ ਆਪਣੇ ਗੁੰਡਿਆਂ ਦੇ ਰਾਹੀਂ ਹੀ ਪਿੰਡ ਦੇ ਸ਼ਿਵ ਮੰਦਿਰ ਦੇ ਪੁਜਾਰੀ ਸੰਤ ਕਮਲਦੀਪ ਦਾ ਕਤਲ ਕਰਵਾਇਆ ਸੀ ਇਸ ਹਮਲੇ 'ਚ ਔਰਤਾਂ ਵੀ ਜ਼ਖਮੀ ਹੋ ਗਈ ਸੀ। ਮੂਸੇਵਾਲਾ ਦੇ ਕਾਤਲਾਂ ਨਾਲ ਵੱਜੀ ਠੱਗੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਮੂਸੇਵਾਲਾ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਅਨਕਤ ਸੇਰਸਾ ਨੇ ਪੁਲਿਸ ਨੂੰ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਜੀ ਗੈਂਗਸਟਰ ਗੋਲਡੀ ਬਰਾੜ ਧੋਖੇ ਬਾਅਦ ਹੈ ਉਸਨੇ ਕਤਲ ਤੋਂ ਪਹਿਲਾਂ ਮੂਹ ਮੰਗਰ ਪਰ ਦੇਣ ਦਾ ਵਾਅਦਾ ਕੀਤਾ ਸੀ ਉਸਨੇ ਵੀ ਕਿਹਾ ਕਿ ਹਰਿਆਣਾ ਵਿੱਚ ਉਸ ਦਾ ਨਾਮ ਚਮਕਾ ਦੇਵੇਗਾ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਨੇ ਫੋਨ ਚੱਕਣਾ ਬੰਦ ਕਰ ਦਿੱਤਾ ਹਾਲਾਂਕਿ ਸੇਰਸਾ ਨੇ ਇਹ ਦਾਵਾ ਕੀਤਾ ਹੈ ਸੱਚ ਜਾਂ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਪਰ ਪੁਲਿਸ ਇਸ ਦੀ ਜਾਂਚ ਕਰੇਗੀ ਅੰਕਿਤ ਸੇਸਾ ਹਰਿਆਣਾ ਦੇ ਸੋਨੀਪਟ ਚ ਰਹਿਣ ਵਾਲਾ ਤੇ 6 ਮਹੀਨੇ ਪਹਿਲਾਂ ਹੀ ਲਾਰਸ ਗੈਂਗ ਜੁਆਇਨ ਕੀਤਾ ਤੇ ਰਾਜਸਥਾਨ ਵਿੱਚ ਦੋ ਵਾਰ ਦਾਤਾਂ ਕਰਨ ਤੋਂ ਬਾਅਦ ਉਹ ਮੋਨੋਡਾਗਰ ਦੇ ਜ਼ਰੀਏ ਗੋਲਡੀ ਪ੍ਰਾੜ ਦੇ ਟੱਚ ਵਿੱਚ ਆਇਆ ਤੇ ਕਤਲ ਲਗਵਾਲੇ ਦਿਨ ਸੇਰਸਾ ਨੇ ਦੋਵੇਂ ਹੱਥਾਂ ਵਿੱਚ ਪਿਸਤਲ ਸੀ ਤੇ ਸਭ ਤੋਂ ਨੇੜੇ ਜਾ ਕੇ ਮੂਸੇ ਵਾਲਾ ਨੂੰ ਗੋਲੀਆਂ ਮਾਰੀਆਂ ਸੀ ਚਾਰ ਲੋਕਾਂ ਨੇ ਨਹੀਂ ਲਗਵਾਈ ਵੈਕਸੀਨ ਦੀ ਇੱਕ ਵੀ ਡੋਜ਼ 104 ਕਰੋੜ ਲੋਕਾਂ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੀ ਮਨੁੱਖਤਾ ਦੇ ਲਈ ਖਤਰਾ ਬਣੇ ਕੋਰੋਨਾ ਵਾਇਰਸ कोरोना महामारी ਤੋਂ ਬਚਣ ਦੇ ਲਈ ਕਾਰਗਰ ਉਪਾਅ করোনা ਰੋਕੂ ਵੈਕਸੀਨ ਸੁਰੱਖਿਆਤ ਹੈ ਪਰ ਇਸ ਦੇ ਬਾਵਜੂਦ ਦੇਸ਼ ਦੇ ਲਗਭਗ 4 ਕਰੋੜ ਬਾਲਗ ਹਨ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਦੀ ਇੱਕ ਵੀ ਡੋਜ਼ ਨਹੀਂ ਲਈ 90 ਫੀਸਦੀ ਆਬਾਦੀ ਦਾ ਟੀਕਾ ਮੁਕੰਮਲ ਹੋ ਚੁੱਕਾ ਹੈ ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ ਹੈ ਮੂੰਹ ਦੀਆਂ ਸਮੱਸਿਆਵਾਂ ਦੇ ਛੁਟਕਾਰੇ ਲਈ ਰੋਜ਼ਾਨਾ ਖਾਓ ਪੰਜ ਚੀਜ਼ਾਂ ਦੰਦਾਂ ਦੀ ਕੈਵਿਟੀ ਮਸੂੜਿਆਂ ਦੇ ਸੜਨ ਤੋਂ ਮਿਲੇਗਾ ਆਰਾਮ ਸੋ ਸਭ ਤੋਂ ਪਹਿਲਾਂ ਤੁਸੀਂ ਡਾਰਕ ਚਾਕਲੇਟ ਖਾ ਸਕਦੇ ਹੋ ਜਿਸ ਦੇ ਨਾਲ ਵੀ ਆਰਾਮ ਮਿਲ ਸਕਦਾ ਹੈ ਖਬਰ ਰਾਜਪੁਰਾ ਤੋਂ ਜਿੱਥੇ ਹਾਦਸੇ ਨੇ ਖੂਹ ਲਈ ਮਾਪੇ 에ਰਪੋਰਟ ਤੋਂ ਲੈਣ ਜਾ ਰਹੇ ਸਨ ਟੀ ਨੂੰ ਰੋ ਰੋ ਖੁਦ ਨੂੰ ਕੋਸ ਰਹੀ ਕੁੜੀ ਰਾਜਪੁਰਾ ਜੁਕ ਦਰਦਨਾਕ ਸੜਕ ਹਾਦਸੇ ਚ ਮਸ਼ਹੂਰ ਬਿਜ਼ਨਸਮੈਨ ਰਿੰਕੂ ਸੇਤੀਆ ਤੇ ਉਹਨਾਂ ਦੀ ਪਤਨੀ ਸ਼ਾਲੂ ਸੇਤੀਆ ਦੀ ਹਰਿਆਣਾ ਦੇ ਸ਼ਾਹਬਾਦ ਚ ਇੱਕ ਸੜਕ ਹਾਦਸੇ ਚ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਇਹ ਦੋਵੇਂ ਮਲੇਸ਼ੀਆ ਤੋਂ ਆ ਰਹੇ ਸਨ ਤੇ ਤੀਨੂੰ 에어ਪੋਰਟ ਤੋਂ ਲੈਣ ਜਾ ਰਹੇ ਸਨ ਭਰਤੀ ਨੂੰ ਆਪਣੇ ਮਾਪਿਆਂ ਨੂੰ ਮਿਲਣਾ ਤੱਕ ਨਸੀਬ ਨਹੀਂ ਹੋਇਆ ਹਾਦਸੇ ਦੇ ਵਿੱਚ ਕਾਰ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਸ਼ਾਬਾਦ ਦੀ ਪੁਲਿਸ ਨੇ ਮ੍ਰਿਤਕ ਜੋੜੇ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਸ਼ੱਕ ਚ ਬੰਦੇ ਨੇ ਚਾਕੂ ਨਾਲ ਅੰਨੇਵਾ ਬਿੰਨੀ ਪਤਨੀ ਕਤਲ ਮਗਰੋਂ ਖੁਦ ਮਾਰੀ ਛਾਲ ਗਾਦਿਆਬਾਦ ਦੇ ਨਦਾਰਪੁਰੇ ਕੋਤਵਾਲੇ ਇਲਾਕੇ ਚੋਂ ਵਸੁੰਦਰਾ ਸੈਕਟਰ 15 ਚੋਂ ਸ਼ੁੱਕਰਵਾਰ ਦੁਪਹਿਰ ਨੂੰ ਛੱਕ ਦੇ ਚੱਲਦਿਆਂ ਪਤਨੀ ਨੂੰ ਚਾਕੂ ਨਾਲ ਵਿੰਨ ਕੇ ਕਤਲ ਕਰ ਦਿੱਤਾ ਤੇ ਖੁਦ ਛੱਤ ਤੋਂ heਠਾਂ ਛਾਲ ਮਾਰ ਦਿੱਤੀ ਤੇ ਖੁਦ ਪੁਲਿਸ ਹਿਰਾਸਤ ਵਿੱਚ ਤੇ ਹਸਪਤਾਲ ਚ ਉਸ ਦਾ ਇਲਾਜ ਚੱਲ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਿਕਿਉਰਿਟੀ ਦੇ ਪੂਖਤਾ ਇੰਤਜ਼ਾਮ ਕਰੇ ਸਰਕਾਰ ਧਮਕੀਆਂ ਤੇ ਬੋਲੇ ਰਾਜਾ ਵੜਿੰਗ ਸਦੋਂ ਮੁਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਮਰਿੰਦਰ ਸਿੰਘ ਆਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਦਾ ਪੂਖਤ ਇੰਤਜ਼ਾਮ ਯਕੀਨੀ ਬਣਾਇਆ ਜਾਵੇ ਵੜਿੰਗ ਨੇ ਪੰਜਾਬ ਪੁਲਿਸ ਤੇ ਡੀਜੀਪੀ ਗੌਰਵ ਯਾਦਵ ਨੂੰ ਅਜਿਹੀਆਂ ਧਮਕੀਆਂ ਦੇਣ ਵਾਲੇ ਲੋਕਾਂ ਨੂੰ ਲੱਭ ਲੱਭ ਕੇ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ ਤਹਾਨੂੰ ਦੱਸਦੀ ਹੈ ਕਿ ਪਿਛਲੇ ਦਿਨੀ ਬਲਕੌਰ ਸਿੰਘ ਨੂੰ ਇੰਸਟਾਗ੍ਰam ਦੇ ਉੱਤੇ ਤੇ ਪਾਕਿਸਤਾਨ ਦੇ ਨੰਬਰਾਂ ਤੋਂ ਫੋਨ ਤੋਂ ਧਮਕੀਆਂ ਮਿਲ ਰਹੀਆਂ ਨੇ ਜਿਸ ਦੇ ਵਿੱਚ ਲਿਖਿਆ ਹੈ ਕਿ ਅਗਲਾ ਨੰਬਰ ਬਾਪੂ ਦਾ ਮੂਸੇ ਵਾਲਾ ਦੇ ਪਿਤਾ ਨੇ ਧਮਕੀ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਵੀ ਦਿੱਤੀ ਹੈ ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਲੁੱਟੇ ਹਜ਼ਾਰਾਂ ਰੁਪਏ ਗੁਰਾਇਆਂ ਦੇ ਪਿੰਡ ਦੁਸਾਂਝ ਕਲਾ ਵਿੱਚ ਪੈਟਰੋਲ ਪੰਪ ਤੋਂ ਇੱਕ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਾਰ ਸਵਾਰ ਨੌਜਵਾਨ ਹਥਿਆਰਾਂ ਦੀ ਨੋਕ ਤੇ ਲੁੱਟ ਕਰਕੇ ਫਰਾਰ ਹੋ ਗਏ ਨੇ ਹਾਲਾਂਕਿ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਜੇਕਰ ਜ਼ਮੀਨੀ ਸੱਚਾਈ ਵੇਖੀ ਜਾਵੇ ਤਾਂ ਜਿੱਦੀਆਂ ਤਸਵੀਰਾਂ ਤੁਸੀਂ ਜਲੰਧਰ ਦੇ ਪਿੰਡ ਦੁਸਾਂਝ ਕਲਾ ਤੋਂ ਸਾਹਮਣੇ ਆਈ ਹੈ ਜਿੱਥੇ ਲੁੱਟ ਖੋ ਦੇ ਡਾਰ ਡਰ ਤੋਂ ਲੋਕ ਅਨਸੁਰੱਖਿਅਤ ਮਹਿਸੂਸ ਕਰ ਰਹੇ ਹਨ ਨਬਾ ਰਾਜਾ ਨਾਬਾ ਨਾਬਕਮਲ પેટ્રોલ ਪੰਪ ਉਤੇ ਕੁਝ ਅਗਿਆਤ ਲੁਟੇਰਿਆਂ ਵੱਲੋਂ ਪਿਸਤੌਲ ਤੇ ਦਾਤਰ ਦਿਖਾ ਕੇ પેટ્રોલ ਪੰਪ ਦੇ ਕਰੰਦਿਆ ਤੋਂ 10000 ਰੁਪਏ ਲੁੱਟ ਲੈ ਲਏ। ਇੱਕ ਹੋਰ ਸਕਾਰਤਮਕ ਸਰਵੇਖਣ ਨਾਲ ਕੈਪਟਨ ਮਰਿੰਦਰ ਸਿੰਘ ਮੋੜ ਹੋਏ ਸਹੀ ਸਾਬਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਨਾਮਵਾਰ ਨਿਰਪੱਖ ਅਤੇ ਸੁਤੰਤਰ ਏਜੰਸੀਆਂ ਵਾਰ-ਵਾਰ ਕੀਤੇ ਗਏ ਸਰਵੇਖਣਾ ਨੇ ਉਹਨਾਂ ਦੁਆਰਾ 4.5 ਸਾਲਾਂ ਚੁ ਕੀਤੇ ਕੰਮਾਂ ਤੇ ਮੋਹਰ ਲਾ ਦਿੱਤੀ ਉਹਨਾਂ ਦੁਆਰਾ ਕੀਤੇ ਚੰਗਾ ਕੰਮਾਂ ਦਾ ਮੂੜ ਤੋਂ ਪ੍ਰਮਾਣ ਇਹ ਸਰਵੇਖੰਦਰ ਸੌਂਦਾ ਹੈ ਕਿ ਪੰਜਾਬ ਨੇ ਕੈਪਟਨ ਮਰਿੰਦਰ ਸਿੰਘ ਦੇ ਕਾਰਜਕਾਲ ਦੇ ਦੌਰਾਨ ਸਿੱਖਿਆ, ਵਪਾਰ, ਨਿਵੇਸ਼ ਜਾਂ ਨਵੀਨਤਾ ਵਰਗੇ ਵੱਖ-ਵੱਖ ਖੇਤਰਾਂ ਚੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੌਣ ਹੈ ਹਰਦੀਪ ਸਿੰਘ ਨਿੱਜ ਜਿਸਤੇ NIA ਨੇ ਰੱਖਿਆ 10 ਲੱਖ ਰੁਪਏ ਦਾ ਇਨਾਮ ਜਾਨਣ ਦੇ ਲਈ? ਚੰਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਸਰਜੀਤ ਸਿੰਘ ਅਗਵਾ ਮਾਮਲੇ 'ਚ ਅਦਾਲਤ ਨੇ 30 ਸਾਲਾਂ ਬਾਅਦ ਸੇਵਾਮੁਕਤ ਆਈਪੀਐਸ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸੁਨਾਈ ਸਜ਼ਾ ਪਰਿਵਾਰ ਨੇ ਇਹ ਸਜ਼ਾ ਤੋਂ ਸੰਤੁਸ਼ਟ ਨਹੀਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਲਾਪਤਾ ਹੋਏ ਸਰਜੀਤ ਸਿੰਘ ਮਾਮਲੇ 'ਚ ਸੀਬੀਆਈ ਅਦਾਲਤ ਨੇ ਕੜਨਾ ਦੇ 30 ਸਾਲਾਂ ਬਾਅਦ ਸੇਵਾਮੁਕਤ ਆਈਬੀਐਸ ਬਲਕਾਰ ਸਿੰਘ ਦੇ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ ਬਲਕਾਰ ਸਿੰਘ ਤੋਂ ਇਲਾਵਾ ਸੇਵਾਮੁਕਤ ਐਸਐਚਓ ਦਮ ਸਿੰਘ ਤੇ ਸਾਬਕਾ ਇਨਸਪੈਕਟਰ ਸਾਹਿਬ ਸਿੰਘ ਸ਼ਾਮਲ ਨੇ ਪਰਿਵਾਰ 30 ਸਾਲਾਂ ਬਾਅਦ ਮਿਲੇ ਇਨਸਾਫ ਤੋਂ ਅਸੰਤੁਸ਼ਟ ਹੈ ਪੀੜਤ ਪਰਿਵਾਰ ਹੁਣ ਉੱਪਰਲੀ ਅਦਾਲਤ ਵਿੱਚ ਅਪੀਲ ਕਰੇਗਾ ਤਾਂ ਜੋ ਦੋਸ਼ੀਆਂ ਦੀ ਸਜ਼ਾ ਦੇ ਵਿੱਚ ਵਾਧਾ ਕੀਤਾ ਜਾਵੇ 9 ਦਿਨਾਂ ਬਾਅਦ ਪੁਲਿਸ ਨੇ ਪੰਚਾਇਤ ਨੂੰ ਸਨੇਹਾ ਪੇਜਾ ਪਰਮਜੀ ਨੇ ਦੱਸਿਆ ਕਿ ਕੜਨਾ ਤੋਂ 9 ਦਿਨਾਂ ਬਾਅਦ ਪੁਲਿਸ ਨੇ ਪੰਚਾਇਤ ਨੂੰ ਸਨੇਹਾ ਪੇਜਾ ਜਵਾਨੀ ਸੰਦੇਸ਼ ਚੁਕਿਆ ਗਿਆ ਕਿ ਭੋਗ ਬਾਅਦ ਉਸ ਤੋਂ ਬਾਅਦ ਉਸਨੂੰ 4 ਸਾਲ ਆਪਣੇ ਪਰਿਵਾਰ ਨਾਲ ਸੰਭਾਲਣ ਵਿੱਚ ਲੱਗੇ ਤੇ ਘਰ ਚੋਂ ਖਾਣ ਲਈ ਰਾਸ਼ਨ ਵੀ ਨਹੀਂ ਸੀ ਲਾਰੈਂਸ ਬਿਸ਼ਨੋਈ ਦੀ ਆਡੀਓ ਆਈ ਸਾਹਮਣੇ ਤਾਂ ਉਥੇ ਫਿਰੋਜ਼ਪੁਰ ਤੋਂ ਲਿਖਿਆ ਗਿਆ ਖਾਲਸਤਾਨੀ ਨਾਰੀਓ ਸੋ ਟੌਪ 10 ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਮੂਸੇ ਵਾਲਾ ਦੇ ਕਤਲ ਦੇ ਮਾਸਟਰਮਾਈਂਡ ਲਾਰੈਂਸ ਬਸ਼ਨੋਈ ਦੀ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਬਸ਼ਨੋਈ ਨੂੰ ਕਾਲ ਕਰਕੇ ਕੰਮ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਗਈ ਤੇ 1.5 ਮਿੰਟ ਦੀ ਕੱਤਹਤ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਕਾਲ ਰਿਕਾਰਡਿੰਗ ਦੇ ਵਿੱਚ ਇੱਕ ਸ਼ੂਟਰ ਲਾਰੈਂਸ ਨੂੰ ਫੋਨ ਕਰਕੇ ਕਹਿੰਦਾ ਕਿ ਗਿਆਨੀ ਨੂੰ ਗੱਡੀ ਚਾੜ ਦਤਾ ਲਾਰੈਂਸ ਨੂੰ ਮਿਸ਼ਨ ਕਾਮਯਾਬ ਹੋਣ ਦੀ ਜਾਣਕਾਰੀ ਦਿੰਦੇ ਹੋਏ ਵਧਾਈ ਵੀ ਦਿੰਦਾ ਹੈ। ਇਸ ਕਾਲ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਮੋਹਾਲੀ ਚੋਂ ਗੈਂਗਸਟਰ ਲਾਰੈਂਸ ਬਸ਼ਨੋਈ ਦੇ ਵਾਇਸ ਸੈਂਪਲ ਵੀ ਲਏ ਨੇ। ਤੇ ਫਿਰੋਜ਼ਪੁਰ ਦੇ ਵਿੱਚ ਪਾਕ ਸ਼ਹੀਦ ਭਗਤ ਸਿੰਘ ਦੇ ਬੋਤ ਕੋਲੇ ਲਿਖਿਆ ਗਿਆ ਨੇ ਖਾਲਸਤਾਨ ਪੱਖੀ ਨਾਰੇ ਅਜਹੀ ਜਾਣਕਾਰੀ ਫਿਰੋਜ਼ਪੁਰ ਦੇ ਕਸਬਾ ਮੋਦਕੀ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਜਿੱਥੇ ਭਗਤ ਸਿੰਘ ਦੇ ਬੋਤ ਕੋਲੇ ਖਾਲਸਤਾਨੀ ਨਾਰੇ ਲਿਖ ਦਿੱਤੇ ਗਏ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਗੈਂਗਸਟਰਾਂ ਨੂੰ ਮੁਖਤਾਰਾ ਦੇ ਵਿੱਚ ਵਾਪਸ ਲਿਆਉਣ ਤੇ ਸੀਐਮ ਭਗਵੰਤ ਮਾਨ ਦੀ ਅਪੀਲ ਨਾਲ ਹੀ ਦਿੱਤੀ ਚੇਤਾਵਨੀ ਚੀਨ ਦੇ ਬਾਰਡਰ ਤੇ ਸ਼ਹੀਦ ਹੋਇਆ ਫਿਰੋਜ਼ਪੁਰ ਦੇ ਪਿੰਡ ਲੋਕਿਕਲਾ ਦੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਦੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਉਹਨਾਂ ਦੇ ਘਰ ਪੁੱਜੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 95 ਲੱਖ ਰੁਪਏ ਦਾ ਚੈੱਕ ਪੇਟ ਕਰਦਾ ਤੇ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਪਹਿਲਾਂ ਹੀ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜੋ ਲੋਕ ਦੇਸ਼ ਤੋਂ ਕੁਰਬਾਨ ਹੁੰਦੇ ਨੇ ਉਹ ਹਮੇਸ਼ਾ ਸ਼ਹੀਦ ਹਮੇਸ਼ਾ ਦੇਸ਼ ਦੇ ਲੋਕਾਂ ਦੇ ਦਿਲਾਂ ਤੇ ਰਹਿੰਦੇ ਨੇ ਉਹਨਾਂ ਨੇ ਕਿ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਕੋਈ ਮੁਸ਼ਕਲ ਹੈ ਨਾ ਆਉਣ ਦੀ ਗੱਲ ਕਰਦਿਆਂ ਕਿ ਪੰਜਾਬ ਸਰਕਾਰ ਅਤੇ ਦੇਸ਼ ਦੇ ਲੋਕ ਕੁਲਦੀਪ ਸਿੰਘ ਤੇ ਪਰਿਵਾਰ ਦੇ ਨਾਲ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ ਵੀਆਈਪੀ ਸਤੀ ਸੁਰੱਖਿਆ ਦੀ ਵਾਪਸੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਕਿਵੇਂ ਹੋਈ ਲੀਕ ਪੰਜਾਬ ਦੇ ਵਿੱਚ ਵੀਆਈਪੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਹੋਣ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਤਾਂ ਇਸ ਸਬੰਧੀ ਜਾਣਕਾਰੀ ਕਿਵੇਂ ਲੀਕ ਹੋਈ ਇੱਕ ਹਫ਼ਤੇ 'ਚ ਦੱਸੋ ਇਸ ਦਾ ਕੀ ਇਲਾਜ ਹੈ ਤੇ ਵੀ ਅਦਾਲਤ ਨੂੰ ਦੱਸਿਆ ਜਾਵੇ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਜ਼ਿੰਮੇਵਾਰ ਤائیں ਕਰਾਂਗੇ ਬਿਕਰਮ ਮਜੀਠੀਆ ਦਾ ਕੇਸ ਨਵੀਂ ਬੈਂਚ ਨੂੰ ਰੈਫਰ 29 ਜੁਲਾਈ ਨੂੰ ਹੋਵੇਗੀ ਸੁਨਵਾਈ ਟਰੈਕਸ ਮਾਮਲੇ 'ਚ ਵਾਜ਼ੀ ਕੱਲ੍ਹ ਹੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਸਬੰਧੀ ਪਾਈ ਗਈ ਪ੍ਰਡੀਸ਼ਨ ਨੂੰ ਨਵੇਂ ਬੈਂਚ ਨੇ ਰੈਫਰ ਕਰ ਦਿੱਤਾ ਤੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ ਦੱਸ ਦਈਏ ਕਿ ਵਿਕਰਮ ਜੀ ਟਿਆ ਦੀ ਜਮਾਨਤ ਅਰਜੀ ਪਹਿਲਾਂ ਹੀ ਹਾਈ ਕੋਰਟ ਦੇ ਡਬਲ ਬੈਂਚ ਦੇ ਕੋਲ ਸੁਣਵਾਈ ਕਰਨ ਤੋਂ ਨਾ ਕਰਦੋ ਕਿ ਨੇ ਹਾਲਾਂਕਿ ਪਹਿਲਾ ਕੇਸ ਨੂੰ ਲੈ ਕੇ ਜਸਟਿਸ ਮਸੀਹ ਦੇ ਬੈਂਚ ਵੱਲੋਂ ਬਹਿਸ ਪੂਰੀ ਕਰ ਲਈ ਗਈ ਹੈ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਪੰਜਾਬ ਚ ਆਪਣੇ ਰੰਗ ਦੇ ਵਿੱਚ ਵਰਿਆ ਮਾਨਸੂਨ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ ਪੰਜਾਬ ਦੇ ਵਿੱਚ ਮਾਨਸੂਨ ਆਪਣੇ ਰੰਗ ਦੇ ਵਿੱਚ ਵਰਿਆ ਪੰਜਾਬ ਪਰ ਦੇ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਨੇ ਪਾਰੀਮੀਂ ਦੇ ਕਾਰਨ ਕਈ ਇਲਾਕਿਆਂ ਚ ਸੁੰਨੇ ਦੀ ਫਸਲ ਡੁੱਬ ਜਾਣ ਦੀਆਂ ਖਬਰਾਂ ਨੇ ਮਾਨਸੂਨ ਸਰਕਾਰ ਦੇ ਲਈ ਚੁਣੌਤੀ ਬਣ ਗਿਆ ਕਿਉਂਕਿ ਸਰਕਾਰ ਨਾਲ ਸੰਬੰਧਿਤ ਵਿਭਾਗਾਂ ਵੱਲੋਂ ਸਮੇਂ ਤੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧਨ ਨਾ ਕੀਤੇ ਜਾਣ ਨਾਲ ਸੂਬੇ ਪਾਰ ਦੇ ਵਿੱਚ ਅਜਿਹੇ ਬੁਰੇ ਹਾਲ ਬਣ ਗਏ ਨੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਲੁਧਿਆਣਾ ਦੇ ਵਿੱਚ 148.2 ਮਿਲੀਮੀਟਰ بارش ਦਰਜ ਕੀਤੀ ਗਈ ਗੈਂਗਸਟਰਾਂ ਦੇ ਅਨਕਾਊਂਟਰ ਬਾਰੇ ਪੰਜਾਬ ਦੇ ਡੀਜੀਪੀ ਨੇ ਕੀਤੇ ਵੱਡੇ ਖੁਲਾਸੇ ਮੀਡੀਆ ਨੂੰ ਦਿੱਤੀ ਜਾਣਕਾਰੀ ਪੰਜਾਬੀ ਕਾਇਕ ਸੱਧੂ ਮੂਸੇਵਾਲਾ ਦੇ ਕਤਲ ਕਰਨ ਵਾਲੇ ਸ਼ੂਟਰਾਂ ਜਗਦੀਪ ਰੂਪਾ ਤੇ ਮਾਨਪ੍ਰੀਤ ਖੂਸਾ ਦਾ ਬੀਤੇ ਦਿਨ ਇਨਕਾਊਂਟਰ ਕਰ ਦਿੱਤਾ ਗਿਆ ਇਸ ਇਨਕਾਊਂਟਰ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਦੀ ਪੂਰੀ ਡਿਟੇਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ ਕਿ ਇਹਨਾਂ ਇਨਕਾਊਂਟਰ ਚੁੱਕੇ ਅਫਸਰ ਦੀ ਭੂਮਿਕਾ ਰਹੀ ਤੇ ਇਹ ਕਿਵੇਂ ਕੀਤਾ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਤੇ ਨਸ਼ਿਆਂ ਦਾ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਮਰਤਸਰ 'ਚ ਹੋਏ ਇਨਕਾਊਂਟਰ ਬਾਰੇ ਆਪ ਦੀ ਪ੍ਰੈਸ ਕਾਨਫਰੰਸ ਸਮੀਤ ਹੇਰ ਨੇ ਨੌਜਵਾਨਾਂ ਨੂੰ ਕੀਤੀ ਖਾਸ ਅਪੀਲ ਐਮਐਸਪੀ ਕਮੇਟੀ 'ਚ ਪੰਜਾਬ ਦੀ ਨੁਮਾਇੰਦਗੀ ਬਾਰੇ ਸੀਐਮ ਮਾਨ ਦੀ ਮੋਦੀ ਨੂੰ ਚਿੱਠੀ ਕਿਸਾਨਾਂ ਦੇ ਹੱਕ 'ਚ ਕੀਤੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘੱਟੋ-ਘੱਟ ਸਮਰਥਨ ਮੁੱਲ ਕਮੇਟੀ 'ਚ ਪੰਜਾਬ ਦੀ ਵੰਡ ਦੀ ਨੁਮਾਇੰਦਗੀ ਦੁਇੰਦਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਚਿੱਠੀ ਲਿਖੀ ਹੈ ਪੰਜਾਬ ਦੇ ਲੋਕਾਂ ਲਈ ਬੇਹੱਦ ਜ਼ਰੂਰੀ ਖਬਰ ਇਸ ਤਰੀਕ ਨੂੰ ਬਲਾਕ ਰਹਿਣਗੇ ਹਾਈਵੇ ਪੰਜਾਬ ਦੇ ਲੋਕਾਂ ਲਈ ਬੇਹੱਦ ਜ਼ਰੂਰੀ ਖਬਰ ਹੈ ਪੰਜਾਬ ਦੇ ਮੁੱਖ ਹਾਈਵੇ 1 ਅਗਸਤ ਨੂੰ ਬਲਾਕ ਰਹਿਣਗੇ ਕਿਉਂਕਿ ਪੰਜਾਬ ਰੋਡ ਵਿੱਚ ਪੰਨ バス ਪੀ ਆਰਟੀਸੀ ਦੇ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 1 ਅਗਸਤ 2022 ਤੋਂ ਪੰਜਾਬ ਦੇ ਸਾਰੇ ਮੁੱਖ ਰੋਡ ਬਲਾਕ ਕਰ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਮੰਕੀ ਪਾਕਸ ਨੇ ਦਿੱਤੀ 10 ਤੱਕ ਸਕੂਲੀ ਬੱਚੇ ਦੀ ਰਿਪੋਰਟ ਪੋਜ਼ੀਟਿਵ ਸੋ ਇਹ ਵੀ ਵੱਡੀ ਦੁਖਦਾਈ ਖਬਰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ ਆ ਰਹੀ ਹੈ ਜਿੱਥੇ ਨਿੱਜੀ ਸਕੂਲ ਚ ਇਹ ਮੰਕੀ ਪਾਕਸਤਾ ਕੇ ਸਾਹਮਣੇ ਆਇਆ ਖਬਰ ਜੀਰਕਪੁਰ ਤੋਂ ਜਿੱਥੇ 16 ਸਾਲ ਦੀ ਕੁੜੀ ਤੇ ਚੜਿਆ ਕੈਂਟਰ ਗੁੱਸੇ 'ਚ ਆਇਆ ਲੋਕਾਂ ਨੇ ਕੂਟਿਆ ਡਰਾਈਵਰ ਹੋਈ ਮੌਤ ਪੰਜਾਬ ਦੇ ਵਿੱਚ ਆਪਣੇ ਰੰਗ ਚ ਵਰਿਆ ਮਾਨਸੂਨ ਆਉਣ ਵਾਲੇ ਦਿਨਾਂ ਚੁੱਕੇ ਹੋ ਜਿਹੜਾ ਰਹੇਗਾ ਮੌਸਮ ਕੈਨੇਡਾ ਦੇ BC ਸੂਬੇ ਨੇ ਪ੍ਰਵਾਸੀਆਂ ਦੇ ਪੱਖ ਚੁਪ ਚੁਕਿਆ ਵੱਡਾ ਕਦਮ ਸੁਰੱਖਿਆਤ ਤੇ ਚੰਗੇ ਭਵਿੱਖ ਦੀ ਪਾਲ ਚ ਕੈਨੇਡਾ ਜਾਣ ਵਾਲੇ ਪ੍ਰਵਾਸੀਆਂ ਨੂੰ ਹੁਣ ਪ੍ਰਿਟਿਸ਼ ਕੋਲੰਬੀਆ ਦੀਆਂ ਜੇਲ੍ਹਾਂ ਚ ਨਜ਼ਰਬੰਦ ਨਹੀਂ ਰੱਖਿਆ ਜਾਵੇਗਾ BC ਦੇ CBSA ਨਾਲ ਇਮੀਗ੍ਰੇਸ਼ਨ ਡਿਟੈਂਸ਼ਨ ਆਰਜਮੈਂਟ ਸੰਧੀ ਖਤਮ ਕਰ ਦਿੱਤੀ ਹੈ ਅੰਬਾਲਾ ਵਿਖੇ ਹੋਈ ਬਦਬੀ ਦੇ ਦੋਚੀਆਂ ਵਿਰੁੱਧ ਸ਼ੋਮਨੀ ਕਮੇਟੀ ਵੱਲੋਂ ਐਮਐਸਪੀ ਐਸਐਸਪੀ ਨੂੰ ਮੰਗ ਪੱਤਰ ਸੋ ਅੰਬਾਲਾ ਦੇ ਬਬਿਆਲ ਪਿੰਡ ਦੇ ਗੁਰਦੁਆਰਾ ਸਾਇਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੀਤੇ ਕੱਲ੍ਹ ਵਾਪਰੀ ਕੜਨਾ ਤੇ ਦੋਚੀਆਂ ਖਿਲਾਫ ਕਾਰਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਚ ਇੱਕ ਵਫਦ ਅੰਬਾਲਾ ਦੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਕੀ ਮੰਗ ਕੀਤੀ ਕਿ ਬੇਅਦਬੀ ਦੀ ਇਸ ਕੜਨਾ ਦੇ ਦੋਚੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕੱਟੜੀ ਸਜ਼ਾ ਦਿੱਤੀ ਜਾਵੇ ਗੈਂਗਸਟਰਾਂ ਦੇ ਖਾਤਮੇ ਦੇ ਲਈ ਪੰਜਾਬ ਪੁਲਿਸ ਦਾ ਮਾਸਟਰ ਪਲਾਨ ਪੰਜ ਸੂਬਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਬਣਾਈ ਜਾਵੇਗੀ ਕਮੇਟੀ ਪੰਜ ਸੂਬਿਆਂ ਦੀ ਪੁਲਿਸ ਦੇ ਨਾਲ ਤਾਲਮੇਲ ਕਮੇਟੀ ਦੇ ਨਾਲ ਗੈਂਗਸਟਰਾਂ ਨੂੰ ਪੰਜਾਬ ਤੇ ਵਿੱਚੋਂ ਸਕੰਜਾ ਕੱਸਿਆ ਜਾਵੇਗਾ ਇਸ ਗੱਲ ਦੀ ਪੁਸ਼ਟੀ ਕਰਦਿਆਂ ਡੀਜੀਪੀ ਗੌਰਵੀ ਆਦਮ ਨੇ ਦੱਸਿਆ ਕਿ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਪੁਲਿਸ ਨੇ ਤਾਲਮੇਲ ਕਾਰਨ ਗੈਂਗਸਟਰਾਂ ਤੇ ਇੱਕ ਰਾਜ ਤੋਂ ਅਪਰਾਧ ਕਰਨ ਵਾਲੇ ਦੂਜੇ ਰਾਜ ਵਿੱਚ ਪਨਾਹ ਨਹੀਂ ਲੈ ਸਕਣਗੇ ਪੁਲਿਸ ਤੇ ਗੈਂਗਸਟਰਾਂ ਦੀ ਪਲ-ਪਲ ਦੀ ਹਰਕਤ ਤੇ ਨਜ਼ਰ ਰੱਖੇਗੀ ਵਿਧਾਇਕ ਸੀਤਲ ਅੰਗੁਰਾਲ ਨੇ ਡੀਸੀ ਦਫ਼ਤਰ ਚੋਂ ਕੀਤੀ ਚੈਕਿੰਗ ਅਧਕਾਰੀਆਂ ਕਰਮਚਾਰੀਆਂ ਤੇ ਨਾਲ ਵਹਿਸ ਡੀਸੀ ਦਫ਼ਤਰ ਐਸੋਸੀਏਸ਼ਨ ਨੇ ਕੀਤੀ ਹੜਤਾਲ ਜਲੰਧਰ ਪੱਛਮੀ ਤੋਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਤਲ ਅੰਗੁਰਾਲ ਨੇ ਖੁਦ ਡੀਸੀ ਦਫ਼ਤਰ ਜਾ ਕੇ ਚੈਕਿੰਗ ਕੀਤੀ ਉਹਨਾਂ ਡੀਸੀ ਦਫ਼ਤਰ ਦੀਆਂ ਵੱਖ-ਵੱਖ ਸ਼ਖਾਵਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਤੇ ਲੋਕਾਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਡੀਸੀ ਦਫ਼ਤਰ ਦੇ ਵਿੱਚ ਜੋ ਏਜੰਟ ਕਲਚਰ ਚੱਲ ਰਿਹਾ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾਵੇ ਸੀਤ ਲੰਗੁਰਾਲ ਨੇ ਡੀਸੀ ਦਫ਼ਤਰ ਦੇ ਸੁਪਰਡੈਂਡ ਪਰਮਿੰਦਰ ਕੌਰ ਦੇ ਦਫ਼ਤਰ 'ਚ ਜਾ ਕੇ ਕਿਹਾ ਕਿ ਬਾਹਰ ਏਜੰਟਾਂ ਦੀਆਂ ਲਾਈਨਾਂ ਲੱਗੀਆਂ ਨੇ ਜੇਕਰ ਕੋਈ ਵਿਅਕਤੀ ਸਿੱਧੇ ਤੌਰ ਤੇ ਕੰਮ ਕਰਵਾਉਣ ਲਈ ਆਉਂਦਾ ਤਾਂ ਉਸ ਤੋਂ ਪੁੱਛਿਆ ਨਹੀਂ ਜਾਂਦਾ ਜਲਦੀ ਕਿ ਖੁਦ ਏਜੰਟਾਂ ਦੇ ਮਾਧਿਅਮ ਹੋ ਰਿਹਾ ਹਾ ਕੰਮ ਜਲਦੀ ਹੋ ਜਾਂਦਾ ਹੈ ਉਹਨਾਂ ਨੇ ਕਿਹਾ ਜੀ ਅੱਜ ਸਵੇਰ ਤੋਂ ਹੀ ਡੀਸੀ ਦਫ਼ਤਰ ਦੇ ਵਿੱਚ ਆਪਣੇ ਲੋਕਾਂ ਦੇ ਦੋਸ ਲਾਇਆ ਜਿਸ ਦੀ ਵੀਡੀਓਗ੍ਰਾਫੀ ਕੀਤੀ ਉਹਨਾਂ ਦੇ ਕੋਲੇ ਸਬੂਤ ਨੇ ਏਜੰਟ ਨੇ ਕਿਹਾ ਕਿ 5 ਤੋਂ 10000 ਰੁਪਏ ਲੈ ਕੇ ਲੋਕਾਂ ਤੋਂ ਕੰਮ ਕਰਵਾ ਰਹੇ ਨੇ ਜਦ ਕੀ ਉਹਨਾਂ ਨੂੰ ਕੋਈ ਵੀ ਕੰਮ ਸਿੱਧੇ ਅਧਿਕਾਰੀਆਂ ਕੋਲੇ ਜਾਣ ਦੇ ਲਈ ਨਹੀਂ ਕਿਹਾ ਬਜ਼ੁਰਗਾਂ ਨੂੰ ਰੇਲ ਕਿਰਾਏ 'ਚ ਮਿਲਦੀ ਛੋਟ ਖਤਮ ਕਰਨ ਵਾਰਨਵਰਨ ਗਾਂਧੀ ਉਜਾਗਰ ਪਾਜਵਾ ਸੰਸਦ ਮੈਂਬਰ ਵਰਨ ਗਾਂਧੀ ਨੇ ਸੀਨੀਅਰ ਸਿਟੀਜ਼ਨਾਂ ਨੂੰ ਰੇਲ ਪਾੜੇ ਦੇ ਵਿੱਚ ਮਿਲਦੀ ਰਾਇਤ ਖਤਮ ਕਰਨ ਦੇ ਫੈਸਲੇ ਤੇ ਉਜਰਤ ਜਤਾਇਆ ਵਰਨਨ ਨੇ ਸਵਾਲ ਕੀਤਾ ਕਿ ਜਦੋਂ ਸੰਸਦ ਮੈਂਬਰਾਂ ਨੂੰ ਰੇਲ ਕਰਾਏ ਚ ਮਿਲਦੀ ਸਬਸਿਡੀ ਜਾਰੀ ਰੱਖੀ ਜਾ ਸਕਦੀ ਆ ਤਾਂ ਫਿਰ ਬਜ਼ੁਰਗਾਂ ਨੂੰ ਮਿਲਦੀ ਰਾਹਤ ਨੂੰ ਬੋਝ ਵਜੋਂ ਕਿਉਂ ਵੇਖਿਆ ਜਾ ਰਿਹਾ ਗਾਂਧੀ ਨੇ ਕੋਹਟ ਵੀਟ ਦੇ ਵਿੱਚ ਤਕਨੀਕੀ ਨੁਕਸ ਦੇ ਹਵਾਲੇ ਨਾਲ ਹਵਾਈ ਉਡਾਨਾਂ ਤੋਂ ਇੱਕ ਤੋਂ ਬਾਅਦ ਇੱਕ ਐਮਰਜੈਂਸੀ ਦੀਆਂ ਲੈਂਟਰਨੀਆਂ ਕੱਢਨਾ ਵਾਂ ਤੇ ਵੀ ਫਿਰਕਤ ਫਿਕਰ ਜ਼ਾਹਰ ਕੀਤਾ ਲੋਕ ਸਭਾ 'ਚ ਹੰਗਾਮੇ ਦੌਰਾਨ ਇੰਡੀਅਨ ਆਨਟ੍ਰਿਕ ਬਿਲ ਪਾਸ ਹੋਏ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਗਨਾ ਕਿਸਾਨਾਂ ਨੂੰ 300 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਤਿੰਨ ਕਿਸ਼ਤਾਂ ਦੇ ਵਿੱਚ ਕੀਤੀ ਜਾਵੇਗੀ ਆਧਾ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੀ ਪਲਾਈ ਹੱਥ ਨੂੰ ਹਰ ਸੰਭਵ ਹਮਲਾ ਮਾਰਨ ਲਈ ਪੂਰਨ ਤੌਰ ਤੇ ਵਚਨਬੱਧ ਹੈ ਕਿਉਂਕਿ ਕਿਸਾਨੀ ਇਸ ਸੂਬੇ ਦੇ ਆਰਥਚਾਰੇ ਦੀ ਰੀੜ ਦੀ ਹੱਡੀ ਹੈ ਤੇ ਇਸ ਦੇ ਤਹਿਤ ਸੂਬਾ ਸਰਕਾਰ ਦਾ ਇਹ ਤਹਈਆ ਹੈ ਕਿ ਗੰਨੇ ਕਿਸਾਨਾਂ ਨੂੰ ਨਿਜੀ ਮਿੱੱਲਾ ਹੱਥਾਂ ਦੇ ਵਿੱਚ ਪ੍ਰਮੋਸ਼ਨ ਨਾ ਦਿੱਤੀ ਜਾਵੇ 1.5 ਮਹੀਨਾ ਪਹਿਲਾਂ ਹੋਏ ਲਾਪਤਾ ਪਰਿਵਾਰ ਦੀਆਂ ਕਾਰਾਂ ਦੇ ਵਿੱਚ ਮਿਲੀਆਂ ਗੱਡੀਆਂ ਗਲੀਆਂ ਸੜੀਆਂ ਲਾਚਾਂ ਸੁਕਰੀ 1.5 ਮਹੀਨਾ ਪਹਿਲਾਂ ਲਾਪਤਾ ਹੋਏ ਫਰੀਦਕੋਟ ਦੇ ਪਰਿਵਾਰ ਦੀ ਕਾਰ ਸਰਹੰਦ ਨਹਿਰ ਦੇ ਵਿੱਚੋਂ ਮਿਲਿਆ ਕਾਰ ਦੇ ਅੰਦਰੋਂ ਚਾਰ ਲੋਕਾਂ ਦੀਆਂ ਗਲੀਆਂ ਸੜੀਆਂ ਲਾਸ਼ਾਂ ਬਰਾਮਦ ਨੇ ਲਾਸ਼ਾਂ ਲਾਪਤਾ ਹੋਏ ਪਰਿਵਾਰ ਦੀਆਂ ਮੰਨੀਆਂ ਜਾ ਰਹੀਆਂ ਨੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਪਾਲ ਸ਼ੁਰੂ ਕਰ ਦਿੱਤੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੀਬੀਐਸਸੀ ਵੱਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਲਾਂ ਦਿੱਤੇ ਗਏ ਨੇ ਤੇ ਨਸ਼ਾ ਤਸਕਰ ਹੈੱਡ ਕਨਸਟੇਬਲ ਗ੍ਰਿਫਤਾਰ ਲੁਧਿਆਣਾ ਜੂ ਪਾਜਪਾ ਕਿਸਾਨ ਮੋਰਚੇ ਦੇ ਕੌਮੀ ਸਿਕੱਤਰ ਦਾ ਗਨਮੈਨ ਚੂਰਾ ਪੋਸਟ ਦੇ ਸਮੇਤ ਕਾਬੂ ਹੋ ਚੁੱਕਾ ਹੈ ਸੋ ਇਹ ਵੀ ਵੱਡੀ ਖਬਰ ਹੈ ਨਦੀ ਬਾਰ ਕਰ ਰਹੀ ਟ੍ਰੇਨ ਨੂੰ ਲੱਗੀ ਭਿਆਨਕ ਅੱਗ ਲੋਕਾਂ ਨੇ ਖਿੜਕੀਆਂ ਰਾਹੀਂ ਮਾਲੀਆਂ ਛਾਲਾਂ ਤੇ ਪੰਜਾਬ ਦੇ ਵਿੱਚ ਅਗਲੇ 4 ਦਿਨ ਭਾਰੀ ਮੀਂਹ ਲੁਧਿਆਣਾ ਦੇ ਵਿੱਚ ਅਨਸਾਨੀਅਤ ਹੋ ਗਈ ਸ਼ਰਮਸਾਰ ਦੋਸਤ ਦੀ ਮੰਦ부ਜੀ ਪਤੀ ਜੀ ਨਾਲ ਜ਼ਬਰਦਸਤ ਗਰਭਵਤੀ ਹੋਈ 10 ਸਾਲ ਦੀ ਬੱਚੀ ਐਚ ਆਈ ਵੀ ਪੋਜ਼ਿਟਿਵ ਨਿਕਲਦਿਆ ਦੋਚੀ ਤਾਂ ਡਰ ਕੇ ਦੂਰ ਪੱਜੀ ਪੁਲਿਸ ਮੌਕਾ ਚੱਕ ਤੇ ਦੋਚੀ ਫਰਾਰ ਦੋ ਕਰਤੇ सस्पेंड ਪੰਜ ਸਪ ਦੇ ਐਮ ਡੀਓ ਦੇ ਤੋਂ ਸੇ ਅਸਤੀਫਾ ਮਹਿਲਾ ਆਈਏਐਸ ਅਫਸਰ ਨੇ ਸਮੇਂ ਤੋਂ ਪਹਿਲਾਂ ਮੰਗੀ ਸੇਵਾ ਮੁਕਤੀ ਦੋਸਤੋ ਇਹ ਸਨ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਧੰਨਵਾਦ